Okay, ma'am, one. Bitaya. DSP is Karvan Singh ji. Sir, aaj 10 saal service mukammal karke apne ghar dobara wapas ja rahe hain. ਜਦੋਂ ਵੀ ਕੋਈ ਵੀ ਵਿਅਕਤੀ ਸਰਕਾਰ ਦੇ ਵਿੱਚ ਨੌਕਰੀ ਕਰਨੀ ਸ਼ੁਰੂ ਕਰਦਾ ਹੈ ਉਸਦੀ ਉਮਰ ਸੀਮਾ ਜਿਹੜੀ ਹੁੰਦੀ ਹੈ ਉਹ ਤੈਅ ਹੁੰਦੀ ਹੈ ਇੰਨੀ ਉਮਰ ਤੱਕ ਇਹ ਨੌਕਰੀ ਲੈ ਸਕਦਾ ਹੈ ਅਤੇ ਇੰਨੀ ਉਮਰ ਤੱਕ ਇਹ ਆਪਣੀ ਸਰਵਿਸ ਪੂਰੀ ਕਰਕੇ ਰਿਟਾਇਰਮੈਂਟ ਘਰ ਜਾ ਸਕਦਾ ਹੈ ਨੌਕਰੀ ਲੈਣ ਸਮੇਂ ਸਾਰੀਆਂ ਸ਼ਰਤਾਂ ਪੂਰੀਆਂ ਕੀਤੀਆਂ ਜਾਂਦੀਆਂ ਨੇ ਵਿਦਿਅਕ ਯੋਗਤਾ ਪੁਲਿਸ ਡਿਪਾਰਟਮੈਂਟ ਦੇ ਵਿੱਚ ਫਿਜੀਕਲ ਫਿਟਨੈਸ ਦੇਖੀ ਜਾਂਦੀ ਹੈ ਉਹਦੇ ਟ੍ਰਾਇਲ ਦੇਖੇ ਜਾਂਦੇ ਨੇ ਫਿਰ ਉਸ ਤੋਂ ਬਾਅਦ ਮੈਰਿਟ ਲਿਸਟ ਤਿਆਰ ਹੁੰਦੀ ਹੈ ਮੈਰਿਟ ਲਿਸਟ ਤੋਂ ਬਾਅਦ ਫਿਰ ਇੱਕ ਨਿਯੁਕਤੀ ਪੱਤਰ ਜਿਹਨੂੰ ਅਸੀਂ ਬੈਲਟ ਨੰਬਰ ਕਹਿੰਦੇ ਹਾਂ ਉਹ ਮਿਲਦਾ ਅਤੇ ਬੜੀ ਖੁਸ਼ੀ ਹੁੰਦੀ ਹੈ ਉਸ ਦਿਨ ਹਰ ਮਾਂ ਹਰ ਪਰਿਵਾਰ ਸਾਰੇ ਰਿਸ਼ਤੇਦਾਰ ਬੜੀ ਖੁਸ਼ੀ ਮਨਾਉਂਦੇ ਨੇ ਅਤੇ ਸਾਡਾ ਕੋਈ ਸਕਾ ਸੰਬੰਧੀ ਸਾਡਾ ਪੁੱਤਰ ਅੱਜ ਪੁਲਿਸ 'ਚ ਭਰਤੀ ਹੋ ਗਿਆ ਜਾਂ ਕਿਸੇ ਵੀ ਸਰਕਾਰੀ ਅਹੁਦੇ ਦੇ ਉੱਤੇ ਉਹਨੂੰ ਨਿਯੁਕਤੀ ਪੱਤਰ ਮਿਲਿਆ ਹੈ ਅਤੇ ਸਾਰੀ ਉਮਰ ਆਪਣੇ ਪਰਿਵਾਰ ਦੀ ਪਰਵਰਿਸ਼ ਕਰਦਾ ਹੈ ਉਹਦੇ ਵਿੱਚ ਕਾਫੀ ਸਾਰੇ ਉਤਰਾਅ ਚੜਾਅ ਜਿਹੜੇ ਨੇ ਆਉਂਦੇ ਰਹਿੰਦੇ ਨੇ ਖਾਸ ਤੌਰ 'ਤੇ ਪੁਲਿਸ ਡਿਪਾਰਟਮੈਂਟ ਜਿਹੜਾ ਹੈ ਇਹ ਕਾਫੀ ਸਟ੍ਰੈਸ ਭਰਿਆ ਡਿਪਾਰਟਮੈਂਟ ਹੈ ਬਾਕੀ ਡਿਪਾਰਟਮੈਂਟਾਂ ਦੇ ਨਾਲ ਮੈਂ ਅਕਸਰ ਲੋਕਾਂ ਨੂੰ ਇਹ ਗੱਲ ਜ਼ਰੂਰ ਕਹਿਣਾ ਹੁੰਦਾ ਜਦੋਂ ਵੀ ਮੈਨੂੰ ਕਿਤੇ ਮੌਕਾ ਮਿਲਦਾ ਆਮ ਪਬਲਿਕ ਦੇ ਵਿੱਚ ਅਸੀਂ ਸਾਰੇ ਅੱਜ ਪੁਲਿਸ ਡਿਪਾਰਟਮੈਂਟ ਦੇ ਨਾਲ ਸੰਬੰਧਿਤ ਹਾਂ ਰਿਸ਼ਤੇਦਾਰ ਹਾਂ ਅਸੀਂ ਸਾਡਾ ਕੋਈ ਨਾ ਕੋਈ ਲਿੰਕ ਜਿਹੜਾ ਹੈ ਪੁਲਿਸ ਪਰਿਵਾਰ ਦੇ ਨਾਲ ਪੁਲਿਸ ਵਾਲੇ ਦੇ ਨਾਲ ਬਣਿਆ ਹੋਇਆ ਹੈ ਤੁਸੀਂ ਅਕਸਰ ਦੇਖਦੇ ਹੋਵੋਗੇ ਕਿ ਪੁਲਿਸ ਵਾਲਾ ਜਦੋਂ ਕਿਤੇ ਮੱਥੇ ਲੱਗ ਜਾਂਦਾ ਹੈ ਤਾਂ ਕਹਿੰਦੇ ਹੋ ਅੱਜ ਦਿਨ ਜਿਹੜਾ ਮਾੜਾ ਨਿਕਲੇਗਾ ਪੁਲਿਸ ਵਾਲਾ ਮੱਥੇ ਲੱਗ ਗਿਆ ਪੁਲਿਸ ਜ਼ਰੂਰਤ ਸਭ ਦੀ ਹੈ ਲੇਕਿਨ ਪਸੰਦ ਕਿਸੇ ਦੀ ਨਹੀਂ ਜਦੋਂ ਕੋਈ ਮਿਸਹੈਪਨਿੰਗ ਹੁੰਦੀ ਹੈ ਕੋਈ ਘਟਨਾ ਹੁੰਦੀ ਹੈ ਅਸੀਂ ਉਸੇ ਵੇਲੇ ਜਾਂ ਤਾਂ ਫੋਨ ਲਾਉਂਦੇ ਹਾਂ ਜਾਂ ਅਸੀਂ ਚੱਕਰ ਕੱਢਣਾ ਸ਼ੁਰੂ ਕਰ ਦਿੰਦੇ ਹਾਂ ਹਾਂ ਪੁਲਿਸ ਵਾਲਾ ਕਿਤੇ ਆ ਜਾਵੇ ਤਾਂ ਚੰਗੀ ਗੱਲ ਹੈ ਨਾ ਲੋੜ ਹਰੇਕ ਬੰਦਾ ਮਹਿਸੂਸ ਕਰਦਾ ਪਰ ਉਹਦੇ ਮੱਥੇ ਲੱਗਣਾ ਨਹੀਂ ਚਾਹੁੰਦਾ ਅਸੀਂ ਵੀ ਇੱਕ ਮਨੁੱਖ ਹਾਂ ਅਸੀਂ ਵੀ ਉਸ ਪਰਮਾਤਮਾ ਦਾ ਜਿਹੜਾ ਸਾਨੂੰ ਇੱਕ ਇਨਸਾਨੀ ਜਾਮਾ ਮਿਲਿਆ ਹੈ ਉਹ ਪਰਮਾਤਮਾ ਵੱਲੋਂ ਮਿਲਿਆ ਹੈ ਇਹ ਸਾਨੂੰ ਕਿਸੇ ਨੇ ਬਣਾਇਆ ਨਹੀਂ ਇਹ ਪਰਮਾਤਮਾ ਦੀ ਹੀ ਦੇਣ ਹੈ ਇਹ ਵੱਖਰੀ ਗੱਲ ਹੈ ਕਿ ਸਾਡੀ ਡਿਊਟੀ ਜਿਹੜੀ ਹੈ ਉਹ ਅਲੱਗ ਅਲੱਗ ਤਰ੍ਹਾਂ ਦੀ ਲਗਾਈ ਗਈ ਹੈ ਅਤੇ ਅੱਜ ਅਸੀਂ ਆਪਣਾ ਸਾਰਾ ਪਰਿਵਾਰ ਪਾਲਿਆ ਹੈ ਸਮਾਜ ਵਿੱਚ ਤਰ੍ਹਾਂ ਤਰ੍ਹਾਂ ਦੇ ਤਾਨੇ ਵੀ ਸਹੇ ਨੇ ਕੁਛ ਘਟਨਾ ਵੀ ਹੋਈਆਂ ਨੇ ਸਾਡੇ ਵਿੱਚ ਅਤੇ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਅਸੀਂ ਆਪਣਾ ਜੀਵਨ ਜਿਹੜਾ ਪਿੱਛੇ ਜਿਸ ਤਰ੍ਹਾਂ ਸਫਲ ਕੀਤਾ ਹੈ ਉਸੇ ਤਰੀਕੇ ਨਾਲ ਜਿਹੜਾ ਸਾਡਾ ਜੀਵਨ ਆਉਣ ਵਾਲਾ ਹੈ ਜਿਹੜੀ ਸਾਡੀ ਅਗਲੀ ਸੀਰੀਜ਼ ਸ਼ੁਰੂ ਹੋਣੀ ਹੈ ਅਗਲਾ ਪੜਾਅ ਸ਼ੁਰੂ ਹੋਣਾ ਹੈ ਉਹ ਵੀ ਖੁਸ਼ੀਆਂ ਭਰਿਆ ਰਹੇ ਮੈਂ ਦੁਬਾਰਾ ਤੁਹਾਨੂੰ ਫਿਰ ਇੱਕ ਵਾਰੀ ਮੁਬਾਰਕ ਦੇਣਾ ਹਾਂ ਕਿ ਆਪਣੇ ਪਰਿਵਾਰ ਦੀ ਵੀ ਚੰਗੀ ਤਰ੍ਹਾਂ ਪਰਵਰਿਸ਼ ਕਰਨੀ ਹੈ ਜਿੱਦਾਂ ਤੁਸੀਂ ਪਹਿਲਾਂ ਕਰਦੇ ਰਹੇ ਹੋ ਅੱਗੇ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਵੀ ਆਪਣੇ ਪਰਿਵਾਰ ਦੇ ਨਾਲ ਖੁਸ਼ੀਆਂ ਦੇ ਨਾਲ ਜਿਉਣ ਦੀ ਕੋਸ਼ਿਸ਼ ਕਰਨੀ ਹੈ ਬਸ ਇੱਕ ਸਾਨੂੰ ਸੋਚ ਬਦਲਣ ਦੀ ਜ਼ਰੂਰਤ ਹੈ ਇਹ ਨਾ ਲੋਕ ਕਹਿਣ ਇਹ ਪੁਲਿਸ ਵਾਲਾ ਰਿਟਾਇਰ ਆਇਆ ਹੈ ਇਹਦੀ ਪਤਾ ਨਹੀਂ ਕਿੱਦਾਂ ਦੀ ਸੋਚ ਹੋਏਗੀ ਅਸੀਂ ਸਾਰੇ ਸਮਾਜ ਦੇ ਵਿੱਚ ਸਿਰ ਚੱਕ ਕੇ ਜੀਣ ਦੀ ਕੋਸ਼ਿਸ਼ ਕਰਨੀ ਹੈ ਦੱਸਣਾ ਹੈ ਕਿ ਅਸੀਂ ਪੁਲਿਸ ਵਿੱਚ ਨੌਕਰੀ ਕਰਦੇ ਹੋਇਆ ਕੋਈ ਮਾੜਾ ਕੰਮ ਨਹੀਂ ਕੀਤਾ ਅਸੀਂ ਦੱਸਣਾ ਹੈ ਕਿ ਸਾਡੇ ਕੋਲ ਉਸ ਵੇਲੇ ਸਮਾਂ ਨਹੀਂ ਸੀਗਾ ਅਸੀਂ ਹੁਣ ਮਿਲਣਾ ਚਾਹੁੰਦੇ ਹਾਂ ਬਹੁਤ ਸਾਰੇ ਸਾਡੇ ਇੱਦਾਂ ਦੇ ਪ੍ਰੋਗਰਾਮ ਹੁੰਦੇ ਨੇ ਸਾਡੇ ਨਜ਼ਦੀਕੀ ਪ੍ਰੋਗਰਾਮ ਹੁੰਦੇ ਨੇ ਜਿਹਨੂੰ ਅਸੀਂ ਮਿਸ ਕਰ ਜਾਂਦੇ ਹਾਂ ਡਿਊਟੀ ਦੇ ਦੌਰਾਨ ਛੁੱਟੀ ਨਹੀਂ ਮਿਲਦੀ ਜਾਂ ਕੋਈ ਇੱਦਾਂ ਦੀ ਅਸੀਂ ਮੁਸੀਬਤ 'ਚ ਫਸੇ ਹੁੰਦੇ ਹਾਂ ਜਿੱਥੇ ਅਸੀਂ ਪ੍ਰੈਜੈਂਟ ਨਹੀਂ ਹੋ ਸਕਦੇ ਅਤੇ ਹੁਣ ਉਹ ਵਕਤ ਆ ਗਿਆ ਹੈ ਅਸੀਂ ਸਾਰੇ ਜਿਹੜੇ ਗਿਲੇ ਛਿਪੇ ਨੇ ਸਾਡੇ 30-35 ਸਾਲ ਦੇ ਜਿੰਨੀ ਅਸੀਂ ਸਰਵਿਸ ਕੀਤੀ ਹੈ ਉਹ ਸਾਰੇ ਗਿਲੇ ਛਿਪੇ ਜਿਹੜੇ ਅਸੀਂ ਸਾਰਿਆਂ ਨੇ ਦੂਰ ਕਰ ਰਹੇ ਹਾਂ ਅਤੇ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਸਾਰੇ ਖੁਸ਼ ਰਹੋ ਪਰਿਵਾਰ ਸਾਡੇ ਖੁਸ਼ ਰਹਿਣ
ਆਉਣ ਵਾਲਾ ਜੀਵਨ ਜਿਹੜਾ ਸਾਡਾ ਹੋਰ ਅਗਲੀ ਸੀਰੀਜ਼ ਜਿਹੜੀ ਸ਼ੁਰੂ ਹੋਣੀ ਹੈ ਉਹ ਵੀ ਇੱਕ ਤੰਦਰੁਸਤ ਜੀਵਨ ਦੇ ਵਿੱਚ ਸ਼ੁਰੂ ਹੋਵੇ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਬ ਇੰਸਪੈਕਟਰ ਹਰਜੀਤ ਸਿੰਘ ਜੀ, ASI ਬਲਵੀਰ ਸਿੰਘ ਜੀ, ਜਿਨ੍ਹਾਂ ਨੇ ਕਾਫੀ ਲੰਬਾ ਸਮਾਂ ਜਿਹੜਾ ਹੈ ਆਪਣਾ ਅਕਾਊਂਟ ਬਣਾਉਣ ਦੇ ਵਿੱਚ SSP ਆਫਿਸ ਦੇ ਵਿੱਚ ਡਿਊਟੀ ਜਿਹੜੀ ਨਿਭਾਈ ਹੈ, ਇਹਨਾਂ ਨੇ ਆਪਣੀ 31 ਸਾਲ 5 ਮਹੀਨੇ 38 ਦਿਨ ਜਿਹੜੀ ਹੈ ਉਹ ਸਰਵਿਸ ਪੂਰੀ ਕੀਤੀ ਹੈ। ASI ਰਸ਼ਪਾਲ ਸਿੰਘ ਜੀ, ਜਿਹਨਾਂ ਨੇ ਆਪਣੀ 58 ਸਾਲ ਦੀ ਉਮਰ ਦੇ ਵਿੱਚ ਰਿਟਾਇਰਮੈਂਟ ਜਿਹੜੇ ਉਹ ਜਾ ਰਹੇ ਨੇ, ਇਹਨਾਂ ਨੇ ਆਪਣੀ ਸਰਵਿਸ 32 ਸਾਲ 8 ਮਹੀਨੇ 16 ਦਿਨ ਆਪਣੀ ਸਰਵਿਸ ਕੰਪਲੀਟ ਕੀਤੀ ਹੈ। ASI ਗੁਰਦਿਆਲ ਸਿੰਘ ਜੀ, ਇਹਨਾਂ ਨੇ ਆਪਣੀ ਸਰਵਿਸ 34 ਸਾਲ 4 ਮਹੀਨੇ 23 ਦਿਨ ਆਪਣੀ ਸਰਵਿਸ ਪੂਰੀ ਕਰਕੇ ਅੱਜ ਸਾਡੇ ਤੋਂ ਵਿਦਾਇਗੀ ਲੈ ਰਹੇ ਨੇ ਰਿਟਾਇਰਮੈਂਟ ਦੀ। ASI ਸੁਖਦੇਵ ਸਿੰਘ ਜੀ, 31 ਸਾਲ 10 ਮਹੀਨੇ 8 ਦਿਨ ਇਹਨਾਂ ਨੇ ਆਪਣੀ ਸਰਵਿਸ ਪੂਰੀ ਕੀਤੀ ਹੈ। ਹੈੱਡ ਕਾਂਸਟੇਬਲ ਬਿੰਦਰ ਸਿੰਘ ਜੀ, ਜਿਨ੍ਹਾਂ ਨੇ ਆਪਣੀ 32 ਸਾਲ 6 ਮਹੀਨੇ 15 ਦਿਨ ਸਰਵਿਸ ਅੱਜ ਪੂਰੀ ਕਰਕੇ ਆਪਣੀ ਜਾ ਰਹੇ ਨੇ। ASI ਜਸਵਿੰਦਰ ਸਿੰਘ ਜੀ, 33 ਸਾਲ 10 ਮਹੀਨੇ 18 ਦਿਨ ਆਪਣੀ ਸਰਵਿਸ ਪੂਰੀ ਕਰਕੇ ਜਾ ਰਹੇ ਨੇ। ਕਾਂਸਟੇਬਲ ਗੁਰਭੇਜ ਸਿੰਘ ਜੀ, ਇਹ ਇੱਕ ਸਾਬਕਾ ਫੌਜੀ ਨੇ, ਇਹਨਾਂ ਨੇ ਪਹਿਲਾਂ ਫੌਜ 'ਚ ਸੇਵਾ ਨਿਭਾਈ ਹੈ, ਹੁਣ ਸਾਡੇ ਡਿਪਾਰਟਮੈਂਟ ਵਿੱਚ ਪੁਲਿਸ ਡਿਪਾਰਟਮੈਂਟ 13 ਸਾਲ 7 ਮਹੀਨੇ 2 ਦਿਨ ਇਹਨਾਂ ਨੇ ਆਪਣੀ ਸਰਵਿਸ ਪੂਰੀ ਕਰਕੇ ਅੱਜ 58 ਸਾਲ ਦੀ ਉਮਰ ਪੂਰੀ ਕਰਕੇ ਸਾਡੇ ਤੋਂ ਰਿਟਾਇਰ ਜਾ ਰਹੇ ਨੇ। ਵਲੰਟੀਅਰ ਰਿਟਾਇਰ ਜਾ ਰਹੇ ਨੇ ਹੈੱਡ ਕਾਂਸਟੇਬਲ ਜਗਜੀਤ ਸਿੰਘ ਜੀ, ਜਿਨ੍ਹਾਂ ਨੇ 32 ਸਾਲ 6 ਮਹੀਨੇ 20 ਦਿਨ ਆਪਣੀ ਸਰਵਿਸ ਪੂਰੀ ਕੀਤੀ ਹੈ। ਸਾਡੀ ਇੱਕ ਕੁੱਕ ਨੇ ਜਗਿੰਦਰ ਸਿੰਘ ਜੀ, ਉਹਨੇ ਆਪਣੀ 21 ਸਾਲ 6 ਮਹੀਨੇ 2 ਦਿਨ ਜਿਹੜੀ ਆ ਸਰਵਿਸ ਪੂਰੀ ਕਰਕੇ 58 ਸਾਲ ਦੀ ਉਮਰ ਦੇ ਵਿੱਚ 60 ਸਾਲ ਦੀ ਉਮਰ ਵਿੱਚ ਪੂਰੀ ਕਰਕੇ ਅੱਜ ਸਾਡੇ ਤੋਂ ਰਿਟਾਇਰ ਜਾ ਰਹੇ ਨੇ। ASI ਬਲਵੀਰ ਸਿੰਘ ਜੀ, ਜਿਨ੍ਹਾਂ ਨੇ ਕਾਫੀ ਵਧੀਆ ਸਰਵਿਸ ਜਿਹੜੀ ਆਪਣੀ ਨਿਭਾਈ ਹੈ, ਜ਼ਿਆਦਾਤਰ ਤਾਂ ਇਹਨਾਂ ਨੇ ਆਫਿਸ ਰਾਹੀਂ ਆਪਣੇ ਬ੍ਰਾਂਚ ਦੇ ਵਿੱਚ ਰਹੇ ਨੇ, ਅਕਾਊਂਟ ਬ੍ਰਾਂਚ ਰਹੇ ਨੇ। ਸਾਰਾ ਸਾਡਾ ਜਿਹੜਾ ਹਿਸਾਬ ਕਿਤਾਬ ਹੈਗਾ, ਤਨਖਾਹ ਬਣੀਆਂ ਜਿਹੜੀਆਂ ਨੇ ਇਸੇ ਵਿੰਗ ਦੇ ਵਿੱਚ ਬਣਦੀਆਂ ਸੀਗੀਆਂ। ਮੈਂ ਮਾਨਯੋਗ DSP ਸਾਹਿਬ ਨੂੰ ਕਹਾਂਗਾ, ਰਿਕੁਐਸਟ ਕਰਾਂਗਾ ਕਿ ਜਿਹੜਾ ਉਹਨਾਂ ਦਾ ਮੰਨਦਾ ਸਨਮਾਨ ਹੈਗਾ ਉਹਨਾਂ ਨੂੰ ਦੇਣਾ ਸ਼ੁਰੂ ਕਰੀਏ। ਜਿੱਦਾਂ ਬੈਂਡ ਦੀਆਂ ਧੁਨਾਂ ਕੱਢਦੇ ਸੀ ਨਾ, ਐਸੇ ਦੋ ਸ਼ਬਦ ਅੰਦਰੋਂ ਸ਼ੁਰੂ ਕਰ ਦਿਓ। ਜਦੋਂ ਕਿਤੇ ਮਾਲਵਟ ਤੇ ਕੋਈ ਫੰਕਸ਼ਨ ਹੁੰਦਾ ਸੀ ਨਾ, ਸਾਡੇ ਲੈਣ ਅਫਸਰ ਜਗਿੰਦਰ ਸਿੰਘ ਬਹੁਤ ਨੇਕ ਅਫਸਰ, ਡਿਊਟੀ ਲਈ ਵਾਸਤੇ ਸਾਨੂੰ ਘਰ ਵੀ ਸੱਦ ਲੈਣਾ, ਛੁੱਟੀ ਵੀ ਸਾਨੂੰ ਦਿੰਦੇ ਰਹੇ, ਬਹੁਤ ਵਧੀਆ ਛੁੱਟੀ ਦਿੰਦੇ ਰਹੇ। ਬਾਕੀ ਆ ਛੁੱਟੀ ਤਰ੍ਹਾਂ ਵੀ ਸਾਨੂੰ ਇਹ ਘਰੋਂ ਬੁਲਾਉਂਦੇ ਰਹੇ, ਤਾਂ ਵੀ ਅਸੀਂ ਆਇਆ ਨਾ ਡਿਊਟੀ ਕਰਨ, ਡਿਊਟੀ ਅਸੀਂ ਮਹਿਕਮੇ ਵਿੱਚ ਡਰ ਡਰ ਕੇ ਕੀਤੀ, ਬਹੁਤ ਡਰ ਕੇ ਡਿਊਟੀ ਕੀਤੀ। ਅੱਜ ਕੱਲ੍ਹ ਦੇ ਮੁੰਡੇ ਆ ਉਹ ਡਿਊਟੀ
ਕਰਦੇ ਨੇ ਉਹ ਤਰੀਕੇ ਨਾਲ ਪੁਰਾਣੇ ਬੰਦਿਆਂ ਨੂੰ ਅਸੀਂ ਬਹੁਤ ਡਰ ਕੇ ਪੂਰੀ ਕੀਤੀ ਆ। ਅਫਸਰਾਂ ਨਾਲ ਵੀ ਬੜਾ ਵਧੀਆ ਸਲੋਕ ਰੱਖਿਆ, ਪਰਮਾਤਮਾ ਨੂੰ ਜ਼ਿੰਦਗੀ ਬਸ ਕੇ ਛੁੱਟੀ ਵਾਸਤੇ ਬਹੁਤ ਅੱਛੀ ਪੂਰੀ ਕੀਤੀ ਆ। ਇੱਕ ਮੈਂ ਬੇਨਤੀ ਅਫਸਰਾਂ ਨੂੰ ਕਰੂੰਗਾ, ਆਪਣਾ ਹੋਸਪਿਟਲ ਜਿਹੜਾ ਇਹਦੇ ਵਿੱਚ ਦਵਾਈਆਂ ਵੱਧ ਤੋਂ ਵੱਧ ਜ਼ਰੂਰੀ ਚਾਹੀਦੀਆਂ। ਇਹ ਦਵਾਈਆਂ ਅਸੀਂ ਤਾਂ ਸ਼ੂਗਰ ਘੱਟਦੀ ਨਹੀਂ, 400 450 ਦਿੰਦੀ ਸੀ, ਇੱਥੋਂ ਦਵਾਈ ਮੈਂ ਉਹਨਾਂ ਚਾਲੂ ਕੀਤੀ, ਮੇਰੀ ਸ਼ੂਗਰ ਕੰਟਰੋਲ ਵਿੱਚ ਹੋ ਗਈ ਆ। ਅਤੇ ਹੋਸਪਿਟਲ ਦੇ ਵਿੱਚ ਵੀ ਥੋੜ੍ਹੀ ਜਿਹੀ ਸਹੂਲਤ ਬਹੁਤ ਦਿੱਤੀ ਜਾ ਰਹੀ। ਧੰਨਵਾਦ। ਇਹ ਪੁਲਿਸ ਦੀ ਬਹਾਦਰੀ ਹੈ, ਪੁਲਿਸ ਦੀ ਇੱਕ ਚੰਗੀ ਸੋਚ ਹੈ, ਅਤੇ ਸਾਨੂੰ ਸਭ ਨੂੰ ਇੱਕ ਚੰਗੀ ਸੋਚ ਲੈ ਕੇ ਹੀ ਅੱਗੇ ਆਉਣਾ ਚਾਹੀਦਾ ਹੈ। ਅਸੀਂ ਇਹ ਅਪੀਲ ਕਰਦੇ ਹਾਂ, ਜਿਹੜਾ ਸਾਡਾ ਬਾਕੀ ਸਮਾਂ ਹੈ ਉਹ ਅਸੀਂ ਪਰਿਵਾਰ ਦੇ ਵਿੱਚ ਖੁਸ਼ੀ ਦਾ ਜੀਣਾ ਹੈ, ਔਰ ਸਾਰੇ ਕੁਛ ਹੈ ਤੰਦਰੁਸਤ ਹੈ। ਅਸੀਂ ਵਾਹਿਗੁਰੂ ਨੂੰ ਇਹੀ ਅਰਦਾਸ ਕਰਦੇ ਹਾਂ। ਅਤਿ ਸਤਿਕਾਰ ਜੋ ਅੱਜ ਇਸ ਫੰਕਸ਼ਨ ਵਿੱਚ ਰਲ ਬੈਠੇ ਸਾਡੇ ਮਹਿਕਮੇ ਦੇ ਪੁਲਿਸ ਅਫਸਰ ਅਤੇ ਉਹਨਾਂ ਦੇ ਪਰਿਵਾਰ ਵਾਸਤੇ ਅੱਜ ਬਹੁਤ ਖੁਸ਼ੀ ਦਾ ਦਿਨ ਆ, ਜਿਸ ਦਿਨ ਇਹਨਾਂ ਨੇ ਆਪਣੀ ਜ਼ਿੰਦਗੀ ਦੀ ਇੱਕ ਅਹਿਮ ਪਾਰੀ ਖੇਡ ਕੇ ਦੂਸਰੇ ਪੜਾਓ ਵਿੱਚ ਦਾਖਲ ਹੋਣਾ ਹੈ। ਜਦੋਂ ਦੇ ਤੁਸੀਂ ਜਾਂ ਅਸੀਂ ਭਰਤੀ ਹੋਏ ਹਾਂ, ਅਸੀਂ ਆਪਣੀ ਜ਼ਿੰਦਗੀ ਵਿੱਚ ਉਹ ਦਿਨ ਦੇਖੇ ਆ ਜਦੋਂ ਪੈਦਲ ਤੁਰ ਕੇ ਜਾਂਦੇ ਸੀ, ਉਸ ਤੋਂ ਬਾਅਦ ਸਾਈਕਲ, ਮੋਟਰਸਾਈਕਲ, ਅਤੇ ਲਗਭਗ ਹੁਣ ਸਾਰਿਆਂ ਨੇ ਹਵਾਈ ਜਹਾਜ਼ ਦਾ ਸਫ਼ਰ ਵੀ ਕਰ ਲਿਆ, ਔਰ ਪੰਜਾਬ ਵਿੱਚ ਆਏ ਕਾਲੇ ਦੌਰ ਦੌਰਾਨ ਵੀ ਪੁਲਿਸ ਨੇ ਬਹੁਤ ਆਪਣੀ ਜਾਨ 'ਤੇ ਖੇਡੀ ਆ, ਔਰ ਅੱਜ ਇਸ ਮਾੜੇ ਦੌਰ ਤੋਂ ਗੁਜ਼ਰ ਕੇ ਤੁਸੀਂ ਅੱਜ ਆਪਣੇ ਪਰਿਵਾਰ ਵਿੱਚ ਅਗਲੀ ਪਾਰੀ ਖੇਡਣ ਵਾਸਤੇ ਦਾਖਲ ਹੋ ਰਹੇ ਹਾਂ। ਅਸੀਂ ਆਪਣੇ ਵੱਲੋਂ, ਤੁਸੀਂ ਸਾਡੇ ਪਰਿਵਾਰ ਦਾ ਹਿੱਸਾ, ਪੰਜਾਬ ਪੁਲਿਸ ਤੁਹਾਡਾ ਪਰਿਵਾਰ ਆ, ਅਸੀਂ ਤੁਹਾਡਾ ਪਰਿਵਾਰ ਹਾਂ। ਕਦੇ ਵੀ ਇਹ ਗੱਲ ਬਿਲਕੁਲ ਦਿਮਾਗ 'ਚ ਨਹੀਂ ਲਿਆਉਣੀ ਕਿ ਤੁਸੀਂ ਇਸ ਮਹਿਕਮੇ 'ਚੋਂ ਰਿਟਾਇਰ ਹੋ ਗਏ ਆ। ਡਿਊਟੀ ਤੁਸੀਂ ਹੁਣ ਵੀ ਸਾਡੇ ਮਹਿਕਮੇ ਦੀ ਕਰਨੀ ਆ, ਚਾਹੇ ਤੁਸੀਂ ਰਿਟਾਇਰਮੈਂਟ ਹੋ ਗਏ, ਉਦੋਂ ਡਿਊਟੀ ਦਾ ਚੇਂਜ ਹੋ ਜਾਂਦੀ ਆ। ਜਿੰਨਾ ਚਿਰ ਤੁਸੀਂ ਜੋਬ ਕੀਤੀ ਆ, ਸਾਰੀ ਉਮਰ ਤੁਹਾਡੇ ਪਰਿਵਾਰ ਨੇ ਤੁਹਾਡੇ ਨਾਲ ਵੱਧ ਡਿਊਟੀ ਕੀਤੀ, ਕਾਰਨ ਇਹ ਜਿਸ ਦਾ ਪਰਿਵਾਰ ਦਾ ਇੱਕ ਬਹੁਤ ਵੱਡਾ ਯੋਗਦਾਨ ਹੁੰਦਾ ਕਿ ਅਸੀਂ ਇੱਥੇ ਡਿਊਟੀ ਕਰਦੇ ਹਾਂ, ਕਿਉਂਕਿ ਘਰ ਪਰਿਵਾਰ ਸਾਂਭਦਾ ਅਤੇ ਮਹਿਕਮੇ ਨੂੰ ਅਤੇ ਜਨਤਾ ਨੂੰ ਅਸੀਂ ਸਾਂਭਦੇ ਹਾਂ। ਹੁਣ ਤੁਹਾਡੇ ਵਾਸਤੇ ਉਹ ਸਮਾਂ ਹੋਇਆ ਵੀ ਤੁਸੀਂ ਆਪਣੇ ਪਰਿਵਾਰ ਦੀ ਦੇਖ ਰੇਖ ਚੰਗੀ ਤਰ੍ਹਾਂ ਕਰ ਸਕਦੇ ਹੋ ਅਤੇ ਆਪਣੇ ਪਰਿਵਾਰ ਨੂੰ ਟਾਈਮ ਦੇ ਸਕਦੇ ਹੋ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਪਣੀ ਅਗਲੀ ਪਾਰੀ ਜਿਸ ਵਿੱਚ ਤੁਸੀਂ ਸ਼ਾਮਿਲ ਹੋ ਰਹੇ ਹੋ, ਪਰਮਾਤਮਾ ਤੁਹਾਡੀ ਸਿਹਤ ਨੂੰ ਤੰਦਰੁਸਤੀ ਬਖਸ਼ੇ ਅਤੇ ਤੁਸੀਂ ਸਾਰਾ ਸਮਾਂ ਖੁਸ਼ੀਆਂ ਅਤੇ ਖੇਡਾਂ ਵਿੱਚ ਰਹੋ। ਜਿੱਥੇ ਵੀ ਤੁਹਾਨੂੰ ਪੰਜਾਬ ਪੁਲਿਸ ਦੀ ਲੋੜ ਆ ਜਾਂ ਸਾਡੀ ਲੋੜ ਆ, ਅਸੀਂ ਤੁਹਾਡੇ ਲਈ ਹਰ ਵੇਲੇ ਹਾਜ਼ਰ ਹਾਂ ਅਤੇ ਜਦੋਂ ਮਰਜ਼ੀ ਤੁਸੀਂ ਆਪਣੇ ਪਰਿਵਾਰ ਵਿੱਚ ਮੀਨ ਕੇ ਪੁਲਿਸ ਨੂੰ ਜਦੋਂ ਮਰਜ਼ੀ ਤੁਸੀਂ ਯਾਦ ਕਰ ਸਕਦੇ ਹੋ। ਜਿੱਥੇ ਵੀ ਸਾਡੀ ਸੇਵਾ ਦੀ ਲੋੜ ਆ, ਅਸੀਂ ਤੁਹਾਡੇ ਲਈ ਹਰ ਥਾਂ ਬਤੌਰ ਪੁਲਿਸ ਅਫਸਰ, ਬਤੌਰ ਪਰਿਵਾਰ ਦੇ ਮੈਂਬਰ ਅਤੇ ਬਤੌਰ ਸੇਵਾਦਾਰ ਤੁਹਾਡੇ ਲਈ ਹਾਜ਼ਰ ਹਾਂ। ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਾਰੇ ਪੁਲਿਸ ਅਫਸਰ ਦਾ ਜਿਨ੍ਹਾਂ ਦੀ ਰਿਟਾਇਰਮੈਂਟ ਆ ਅਤੇ ਉਹਨਾਂ ਦੇ ਪਰਿਵਾਰ ਦਾ ਜਿਨ੍ਹਾਂ ਨੇ ਆਪਣਾ ਬਹੁਤ ਕੀਮਤੀ ਸਮਾਂ ਦੇ ਕੇ ਇਸ ਪੰਜਾਬ ਪੁਲਿਸ ਨੂੰ, ਇਸ ਪੰਜਾਬ ਨੂੰ ਵੱਡਾ ਯੋਗਦਾਨ ਦਿੱਤਾ। ਥੈਂਕ ਯੂ।
Thank you.
ਕਰਾ ਕੇ ਇੱਧਰ ਦੇਖਿਓ ਮੈਂ ਵੀ ਘੁੰਮ ਜਾਂਦਾ ਥੋੜ੍ਹਾ ਇੱਧਰ ਸੱਜਣਾ ਕਰੀਏ ਮੈਂ ਵੀ ਇੱਧਰ ਇੱਧਰ ਵੇਟ ਇੱਧਰ ਦੇਖਿਓ ਸਾਰੇ ਜਣੇ ਓਕੇ ਕਰਾ ਦੇ ਮੋ ਮਿੱਠਾ ਕਰਾ ਦੇ ਮੋ ਆਜੋ ਮੰਮਾ ਜੀ ਇੱਧਰ Thank you.
Thank you.
ਰਹੇ ਹਰੀ ਸੇ।